नमस्कार, आप देख रहे हैं फास्ट न्यूज इंडिया। हमारे साथ जुड़े रहने के लिए हमारे यूट्यूब चैनल को सब्सक्राइब करें और फेसबुक ਸਾਡੀ ਸਰਕਾਰੀ ਡਿਊਟੀ ਆ, ਅਸੀਂ ਕੋਈ ਘਰ ਦਾ ਕੰਮ ਨੀ ਕਰਦਾ, ਇੱਥੇ ਸਰਕਾਰੀ ਕੰਮ ਕਰਦਾ ਆ। ਜਿਹਨੂੰ ਕੋਈ ਇਤਰਾਜ ਆ ਮੈਨੂੰ ਆਪ ਗੱਲ ਕਰ ਲੈ, ਬਹਿ ਕੇ ਗੱਲ ਕਰ ਲੈ, ਇੱਥੇ ਬਹਿ ਕੇ ਗੱਲ ਕਰੂ ਯਾਰ। ਮੈਂ ਸਮਝਾਉਣਾ ਤੇ ਕਿਉਂ ਕਿਹੜੀ ਸਿੱਧੀ ਤਰੀਕੇ ਸਮਝਾਉਣਾ। ਕੋਈ ਸਾਰੇ ਰੋਲਾ ਪਾ ਕੇ ਪ੍ਰੈਸ਼ਰ ਖਰਾਬ ਕਰਦਾ ਸਾਡਾ, ਚਲੋ ਸਾਡਾ ਕੀ ਰਾਈਟ ਆ ਪ੍ਰੈਸ਼ਰ ਖਰਾਬ ਕਰਦਾ? ਹੈ ਦੱਸੋ ਕਿਹੜਾ ਪ੍ਰੈਸ਼ਰ ਖਰਾਬ ਕਰਦਾ? ਵਿਕਲ ਪਾਉਂਦਾ ਸਰਕਾਰੀ ਗੱਲ, ਇੱਥੇ ਬੈਠਾ ਭਾਵੇਂ ਲੇਡੀ ਆ, ਲੇਡੀ ਫੇਸ ਮੰਗਾਓ ਯਾਰ, ਹੋਰ ਸਾਰੀ ਲੇਡੀ ਪਾਪਾ ਮੰਗਾਓ। ਸਾਡਾ ਪ੍ਰੈਸ਼ਰ ਸਰਕਾਰੀ ਘਰ ਚ ਵਿਕਲ ਪਾਉਂਦੇ ਆ, ਨਸ਼ੇ ਵਾਲਿਆਂ ਨੂੰ ਸ਼ਹਿਦ ਦੇ ਦੇ ਤੁਸੀਂ। ਅਸੀਂ ਯਾਰ ਅਸੀਂ ਤੁਹਾਨੂੰ ਕਹਿਣ ਡਿਆ ਕਿ ਤੁਹਾਡੇ ਕੋਲ ਨਹੀਂ ਮਿਲਿਆ, ਅਸੀਂ ਕੁਛ ਲੈ ਕੇ ਗਏ ਡਿਊਟੀ ਪਾਉਂਦੇ ਸਾਡੀ, ਸਾਡੀ ਸਰਕਾਰੀ ਡਿਊਟੀ ਹਰ ਘਰ ਚੈੱਕ ਕਰਦਾ, ਅਸੀਂ ਸਾਰੇ ਜਾਣਦੇ ਆ ਇੱਥੇ ਦੋ ਤਿੰਨ ਘੰਟੇ ਇੱਥੇ ਰਹਾਂ। ਸਾਡੀ ਸਰਕਾਰੀ ਡਿਊਟੀ ਚ ਵਿਗੜ ਪਾਓਗੇ ਨਾ ਸਜ਼ਾ ਮਿਲੂਗੀ। ਜਿਹੜਾ ਵੇਖੋ ਜੇ ਸਰਕਾਰੀ ਡਿਊਟੀ ਚ ਵਿਗੜ ਪਾਓਗੇ ਸਰਕਾਰੀ ਬੰਦ ਹੋ ਗਈ ਹੈ ਤੁਹਾਡੀ, ਦੂਜਿਆਂ ਨੂੰ ਸ਼ਹਿ ਦੇ ਦਿਓ ਕਿ ਉਹ ਲੁੱਕ ਜਾਣ। ਕੋਈ ਗੱਲ ਨੀ, ਤੂੰ ਸਰਕਾਰੀ ਡਿਊਟੀ ਸਾਡੀ ਵਿਗੜ ਪਾਉਂਦੇ ਆ, ਵਿਗੜ ਪਾਉਂਦੇ ਸਾਡੀ ਸਰਕਾਰੀ ਡਿਊਟੀ। ਜਿਹੜੀ ਬੋਲਦੀ ਹੈ ਫੜੋ ਯਾਰ, ਅਰੇ ਪਰਚਾ ਦੀ ਸਰਕਾਰੀ ਰੂਟ ਚ ਵਿਗੜ ਪਾਉਂਦਾ, ਅਸੀਂ ਇਹ ਨੀ ਵੇਖਣਾ ਆਪਾਂ। ਤੂੰ ਤੂੰ ਮਾੜੇ ਮਗਰ ਕੰਮ ਕਰਦਾ, ਆਓ ਮੈਂ ਇੱਥੇ ਬੈਠੇ ਆਓ ਇੱਕ
ਕੰਮ ਖਾਤਾ।